ਪੰਜਾਬ ਦੀ ਆਵਾਮ ਦੇ ਲਈ ਰਾਹਤ ਭਰੀ ਖਬਰ ਹੈ ਹੁਸ਼ਿਆਰਪੁਰ ਤੇ ਨਾਲ ਨਵਾਂ ਸ਼ਹਿਰ ਦੇ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ ਪੰਜਾਬ ਦੇ ਤਿੰਨ ਅਜੇਹ ਟੋਲ ਪਲਾਜ਼ੇ ਜਿਨ੍ਹਾਂ ਦੀ ਮਿਆਦ ਮੁੱਕ ਚੁੱਕੀ ਹੈ ਅੱਜ ਰਾਤ 12 ਵਜੇ ਉਹ ਬੰਦ ਹੋ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਜਿਹੜੇ ਟੋਲ ਪਲਾਜ਼ੇ ਨੇ ਉਥੇ ਜਾ ਕੇ ਉਹਨਾਂ ਦੇ ਵੱਲੋਂ ਐਲਾਨ ਵੀ ਕੀਤਾ ਜਾਣਾ ਹੈ ਦੱਸਦੇ ਕਿ ਹੁਸ਼ਿਆਰਪੁਰ ਦੇ ਦੋ ਤੇ ਨਵਾਂ ਸ਼ਹਿਰ ਦਾ ਇੱਕ ਟੋਲ ਪਲਾਜ਼ਾ ਅੱਜ ਰਾਤ ਤੋਂ ਬੰਦ ਹੋ ਜਾਵੇਗਾ ਹਾਲਾਂਕਿ ਟੋਲ ਕੰਪਨੀ ਨੇ ਸਮਾ ਵਧਾਉਣ ਦੀ ਮੰਗ ਵੀ ਕੀਤੀ ਸੀ ਪਰ ਸਰਕਾਰ ਨੇ ਕੰਪਨੀ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ ਤਾਂ 14 ਫਰਵਰੀ ਦੀ ਰਾਤ 12 ਵਜੇ ਪੰਜਾਬ ਦੇ ਤਿੰਨ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਨੇ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨੋਂ ਟੋਲ ਇੱਕ ਹੀ ਕੰਪਨੀ ਦੇ ਨੇ ਤਾਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਬੀਤੇ ਦਿਨ ਮੀਟਿੰਗ ਵੀ ਹੋਈ ਹੈ ਨਵਾਂ ਸ਼ਹਿਰ ਦੇ ਮਜਾਰੀ ਹੁਸ਼ਿਆਰਪੁਰ ਦੇ ਨੰਗਲਸ਼ੀਤ ਦਾ ਤੇ ਮਾਨਗੜ ਚ ਪੈਂਦੇ ਤਿੰਨੋਂ ਟੋਲ ਦੇ ਤਹਿਤ 105 ਕਿਲੋਮੀਟਰ ਦੇ ਕਰੀਬ ਸੜਕ ਹੈ ਸੜਕ ਤੇ ਹੀ 35 ਕਿਲੋਮੀਟਰ ਦੇ ਬਾਅਦ ਟੋਲ ਹੈ ਨਵਾਂ ਤੋ ਦਸੂਆ ਪਠਾਨਕੋਟ ਤੇ ਜੰਮੂ ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਟੈਕਸ ਦੇਣਾ ਪੈਂਦਾ ਸੀਗਾ ਟੋਲ ਦੇਣਾ ਪੈਂਦਾ ਸੀ 2007 ਦੇ ਵਿੱਚ ਸਥਾਪਿਤ ਕੀਤੇ ਟੋਲ ਦੀ ਜਿਹੜੀ ਮਿਆਦ ਆ ਵਧਾਉਣ ਦੇ ਲਈ ਕੰਪਨੀ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਪਰ ਸਰਕਾਰ ਨੇ ਸਾਫੀ ਮਨਾ ਕਰ ਦਿੱਤਾ ਇਹ ਜਿਹੜੇ ਹੈਗੇ ਹੁਣ 105 ਕਿਲੋਮੀਟਰ ਸੜਕ ਟੋਲ ਜਿਹੜੀ ਆ ਫ੍ਰੀ ਹੋ ਜਾਵੇਗੀ ਪੀਡਬਲਯੂਡੀ ਦੀ ਮਨਨਿਆਤਾ 15 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬਾਰੇ ਜਾਣਕਾਰੀ ਦੇਣਗੇ ਟੋਲ ਬੰਦ ਹੋ ਚੁੱਕੇ ਨੇ ਇਸ ਦੀ ਜਾਣਕਾਰੀ ਖੋਦ ਜਿਹੜੇ ਹੈਗੇ ਆ ਭਗਵੰਤ ਮਾਨ ਦੇਣਗੇ ਟੋਲ ਹਟਣ ਤੋਂ ਗੜਸ਼ੰਕਰ ਤੋਂ ਬਲਾਚੋਰ ਰੋਪੜ ਜਾਣ ਵਾਲੇ ਚਾਲਕਾਂ ਨੂੰ ਰਾਹਤ ਮਿਲੇਗੀ ਮਜਾਰੀ ਟੋਲ ਪਲਾਜ਼ਾ ਤੋਂ ਪ੍ਰਤੀ ਦਿਨ 3200 ਦੇ ਕਰੀਬ ਗੱਡੀਆਂ ਲੰਘਦੀਆਂ ਨੇ ਯਾਨੀ ਕਿ ਇੱਕ ਮਹੀਨੇ ਦੇ ਵਿੱਚ 1 ਲੱਖ ਚਾਲਕ ਲੰਘਦਾ ਹੁਣ ਇਨ੍ਹਾਂ ਟੋਲਾਂ ਤੋਂ ਰਾਹਤ ਮਿਲ ਸਕਦੀ ਹੈ ਨੰਗਲ ਸ਼ਹੀਦਾਂ ਦੇ 4000 ਵਾਹਨ ਲੰਘਦੇ ਨੇ ਤੇ ਉੱਥੇ ਹੀ 4.50 ਲੱਖ ਰੁਪਏ ਰੈਵਨਿਊ ਮਿਲਦਾ ਹੈ 2000 ਗੱਡੀਆਂ ਜਿਹੜੀਆਂ ਲੰਘਦੀਆਂ ਨੇ ਤੇ 2 ਲੱਖ ਰੁਪਏ ਰੈਵਨਿਊ ਹੋਰ ਜੁਟਾਇਆ ਜਾਂਦਾ ਤਾਂ ਹੁਣ ਸੀਮ ਭਗਵੰਤ ਮਾਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਤੇ ਅੱਜ ਰਾਤ ਜਿਹੜੇ ਨੇ ਟੋਲ ਪਲਾਜ਼ੇ ਬੰਦ ਹੋ ਜਾਣਗੇ ਹਾਲਕਿ ਅਜੇ ਆਫੀਸ਼ੀਅਲ ਅਨਾਉਂਸਮੈਂਟ ਹੋਣੀ ਬਾਕੀ ਹੈ ਪਰ ਜੇ ਅਸੀਂ ਪੀਡਬਲਯੂਡੀ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਜੜਾਈਨਾ ਟੋਲ ਤੇ ਜਾ ਕੇ ਉਹਨਾਂ ਦੇ ਵੱਲੋਂ ਇਹਨਾਂ ਦੇ ਬੰਦ ਹੋਣ ਦਾ ਐਲਾਨ ਕੀਤਾ ਜਾਵੇਗਾ ਤੇ ਨਾਲ ਹੀ ਜਦੋਂ ਲਾਚੋਵਾਲ ਟੋਲ ਪਲਾਜ਼ਾ ਜਿਹੜਾ ਬੰਦ ਕੀਤਾ ਗਿਆ ਸੀਗਾ ਉਸ ਵੇਲੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀ ਕਿ ਜਿਹੜੇ ਵੀ ਟੋਲ ਪਲਾਜ਼ੇ ਨੇ ਜਿਹੜੀ ਉਹਨਾਂ ਦੀ ਸਮਾਂ ਮਿਆਦ ਹੈ ਉਹਨਾਂ ਨੂੰ ਬੋਰਡ ਤੇ ਲਿਖਣੀ ਪਵੇਗੀ ਕਿ ਕਦੋਂ ਤੋ ਇਹ ਟੋਲ ਬੰਦ ਹੋਣ ਜਾ ਰਹੇ ਨੇ ਨਹੀਂ ਤਾਂ ਉਹਨਾਂ ਖਿਲਾਵੀ ਐਕਸ਼ਨ ਲਿਆ ਜਾਵੇਗਾ ਤਾਂ ਉਹ ਵੀ ਸਮਾਂ ਮਿਆਦ ਜਿਹੜੀ ਆ ਕਈ ਟੋਲ ਪਲਾਜ਼ੇ ਲਿਖ ਰਹੇ ਨੇ ਕਿਸੇ ਦੇ ਵੱਲੋਂ ਦੇਖੀ ਕੀਤੀ ਜਾ ਰਹੀ ਹੈ ਪਰ ਉਸੇ ਮੁਤਲਕ ਜਿਹੜੇ ਨੇ ਪੰਜਾਬ ਦੇ ਤਿੰਨ ਟੋਲ ਪਲਾਜ਼ੇ ਦੋ ਹੁਸ਼ਿਆਰਪੁਰ ਤੇ ਇੱਕ ਨਵਾਂ ਸ਼ਹਿਰ ਦੇ ਇਹ ਅੱਜ ਰਾਤ 12 ਵਜੇ ਤੋਂ ਬੰਦ ਹੋਣ ਜਾ ਰਹੇ ਨੇ ਤਾਂ ਜਿਹੜੇ ਵੀ ਉੱਥੋਂ ਲੰਘਦੇ ਨੇ ਚਾਹੇ ਜੰਮੂ ਕਸ਼ਮੀਰ ਜਾਂਦੇ ਨੇ ਪਠਾਨਕੋਟ ਜਾਂਦੇ ਨੇ ਜਾਂ ਕਿਸੇ ਹੋਰ ਸਾਈਡ ਜਾਂਦੇ ਨੇ ਤਾਂ ਉਹਨਾਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਤਿੰਨ ਟੋਲ ਪੰਜਾਬ ਦੇ ਅੱਜ ਰਾਤ ਤੋਂ ਬੰਦ ਹੋ ਜਾਣਗੇ